ਏ ਆਕਾਸ਼ਵਣੀ ਜੰਮੂ ਹੈ ਬੜਲਾ ਖਬਰਾਂ ਚ ਤੁਹਾਨੂੰ ਸਵਾਗਤ ਹੈ ਪਹਿਲੇ ਮੁੱਖ ਮੁੱਖ ਖਬਰਾਂ ਕਰਨੇ ਮੈਂ ਵਿਜੇ ਬਜਾਜ ਸਰਕਾਰ ਨੇ ਗਾਂਦਰਬਲ ਤੇ ਉਧੰਪੁਰ ਜ਼ਿਲ੍ਹੇ ਚ 4G ਮੋਬਾਈਲ ਇੰਟਰਨੈਟ ਸੇਵਾ ਬਾਲ ਕਰ ਦਿੱਤੀ ਹੈ ਮੁਲਕ ਚ ਕੋਵਿਡ-19 ਥਮਾ ਠੀਕ ਹੋਣਿਆ ਲੰਦੀ ਦਰ 73.61% ਤਕਰ ਪੁੱਜੀ ਗਈ ਹੈ ਅਜਨ ਤਕਰ 18 ਲੱਖ ਸ਼ਮਤੇ ਲੋਕ ਇਸ ਮਹਾਮਾਰੀ ਥਮਾ ਠੀਕ ਹੋਏਗੇ ਨਾ ਲੈਫਟੇਨੈਂਟ ਗਵਰਨਰ ਮਨੋਜ ਸਿਨਹੌਰੇ ਉੱਤਰ ਪ੍ਰਦੇਸ਼ ਦੇ ਮੰਤਰੀ ਤੇ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਚੇਤਨ ਚਾਹਾਨ ਨੂੰ ਦੀ ਮੌਤ ਪਰ ਡੂੰਗਾ ਦੁੱਖ ਜਤਾਇਆ ਹੈ ਤਤਰਾਉਂ ਦਿਨ ਦੀ ਸਾਲਾਨਾ ਕਲਾਸ਼ ਯਾਤਰਾ ਕੱਲਾ ਥਮਾਪਤ ਦਰਵਾਜ ਸ਼ੁਰੂ ਯਾਤਰਾ ਦਾ ਆਯੋਜਨ ਕੋਵਿਡ-19 ਦੇ ਮੱਦੇਨਜ਼ਰ ਜਾਰੀ ਨਿਯਮੇ ਮੁਜਬ ਗੈ ਕੀਤਾ ਜਾ ਕਰਤਾ ਹੈ ਖਬਰਾਂ ਦੀ ਤਫਸੀਲ ਕਰਨੇ ਸ਼੍ਰੋਤੀ ਖਜੂਰੀਆ ਸਰਕਾਰ ਨੇ ਗਾਂਦਰਪਲ ਤੋਂ ਉਧੰਪੁਰ ਜ਼ਿਰਿੰਜ 4G ਮੋਬਾਈਲ ਇੰਟਰਨੈਟ ਸੇਵਾ ਬਾਲ ਕਰ ਦਿੱਤੀ ਹੈ ਸਰਕਾਰ ਨੇ ਆਜ਼ਮਾਇਸ਼ ਦੇ ਤੌਰ ਪਰ ਜੰਮੂ ਤੇ ਕਸ਼ਮੀਰ ਖਿੱਤੇ ਦੇ ਇੱਕ-ਇੱਕ ਜ਼ਿਲ੍ਹੇ ਚ ਮਤੀ ਤੇਜ਼ੀ ਕਨੇ ਚੱਲਨੇ ਵਾਲੀ ਹਾਈ ਸਪੀਡ ਮੋਬਾਈਲ ਇੰਟਰਨੈਟ ਸੇਵਾ ਦੀ ਇੱਕ ਬਰੇ ਮਗਰਾ ਬਾਲ ਕੀਤਾ ਹੈ ਇਸ ਸੂਵਿਧਾ ਗੀ ਕੇਂਦਰ ਸਰਕਾਰ ਨੇ ਪਿਛਲੇ ਬਰੇ 4 ਅਗਸਤ ਦੀ ਦਫਤ 370 89 ਤੇ ਉਸਲੇ ਦੇ ਰਾਜੇ ਕੀ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਤਬਦੀਲ ਕਰਨ ਵਾਲੇ ਫੈਸਲੇ ਦੀ ਕੋਸ਼ਨ ਦੇ ਇੱਕ ਦਿਨ ਪਹਿਲੇ ਬੰਦ ਕਰ ਦਿੱਤਾ ਹ 4G ਇੰਟਰਨੈਟ ਸੇਵਾ ਮੋਬਾਈਲ ਪਰ ਕੇਂਦਰ ਸਰਕਾਰ ਅਸਯਾ ਸੁਪਰੀਮ ਕੋਰਟ ਕੀ ਇਹ ਸੂਚਿਤ ਕਿਤੇ ਜਾਣੇ ਜੇ ਵਿਸ਼ੇਸ਼ ਕਮੇਟੀਆਂ ਇਸ ਮਾਮਲੇ ਪਰ ਗੌਰ ਕਰ ਰਹੀ ਹੈ ਦੇ ਕਿਛ ਦਿਨੇ ਮਗਰਾ ਬਾਲ ਕੀਤੀ ਗਈ ਹੈ ਕੇਂਦਰ ਨੇ ਸੂਚਿਤ ਕੀਤਾ ਹੈ ਜੇ ਉਹ ਇਹ ਸੁਵਿਧਾ ਆਜ਼ਮਾਇਸ਼ ਦੇ ਤੌਰ ਪਰ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਦੋ ਜ਼ਿਲ੍ਹਿਆਂ 'ਚ ਬਾਲ ਕਰੋਗ ਜੇਕਰ ਸਭ ਕੁਝ ਠੀਕ ਰਿਹਾ ਤਾਂ ਵੀ ਇਸ ਸੇਵਾ ਦੀ ਕਿਸ ਹੋਰ ਜ਼ਿਲ੍ਹਿਆਂ 'ਚ ਵੀ ਬਾਲ ਕੀਤਾ ਜਾ ਸਕਦਾ ਹੈ ਉਦੋਂਪੁਰ ਤੇ ਗਾਂਦਰਬਲ ਜ਼ਿਲ੍ਹੇ ਦੀ ਛੋੜੀ ਹੈ ਬਾਕੀ ਸਾਰੀ ਥਾਰੇ ਪਰ 2G ਸੇਵਾ ਗਿਆ ਚਲੋਗ ਸਾਡੇ ਉਦੋਂਪੁਰ ਵਾਲੇ ਸੰਵਾਦਦਾਤਾ ਅਨਿਲ ਦੁਬੇ ਨੇ ਜਾਣਕਾਰੀ ਦਿੱਤੀ ਜੇ ਜ਼ਿਲ੍ਹੇ ਦੇ ਲੋਕ 4G ਸੇਵਾ ਸ਼ੁਰੂ ਹੋਈ ਜਾਣੇ ਕਨੇ ਬੜੇ ਮਤੇ ਖੁਸ਼ ਹਨ ਮੁਲਕ ਵਿੱਚ ਕੋਵਿਡ-19 ਥਮਾ ਗਰਸਤ ਮਰੀਜ਼ਾਂ ਦੇ ਠੀਕ ਹੋਣ ਦੀ ਦਰ 71.6% ਦੋਈ ਗਈ ਹੈ ਅਜੇ ਤੱਕ 18 ਲੱਖ 82 ਹਜ਼ਾਰ ਕੋਲੰਬਤ ਮਰੀਜ਼ ਇਸ ਮਹਾਮਾਰੀ ਥਮਾ ਠੀਕ ਹੋਏਗੇ ਦਿਨ ਪਿਛਲੇ 24 ਘੰਟੇ ਦੇ ਦੌਰਾਨ 59000 ਮਰੀਜ਼ ਨਰੋਏ ਹੋਏ ਨੇ ਇਹ ਦੇ ਕੰਨੇਗਾ ਸੰਕਰਮਣ ਥਮਾ ਠੀਕ ਹੋਣ ਵਾਲੇ ਲੋਕਾਂ ਦੀ ਗਿਣਤਰੀ 2 ਲੱਖ ਦੇ ਕੋਲ ਪੁੱਜ ਗਈ ਹੈ ਤਾਂ ਕੋਵਿਡ-19 ਕਰਿ ਹੋਣੇ ਲਈ ਮੌਤ ਦੀ ਗਿਣਤਰੀ ਵੀ ਲਗਾਤਾਰ ਕਟਾ ਕਰਦੀ ਹੈ ਭਾਰਤ ਜੋ ਹੋਰ ਨੇ ਮੁਲਕ ਦੇ ਮੁਕਾਬਲੇ ਇਸ ਮਹਾਮਾਰੀ ਕਰ ਨੰਬਰ ਨੇ ਵਾਲੇ ਦੀ ਗਿਣਤਰੀ ਸਬਨੇਸ਼ਾ ਘਟ ਬਣੀ ਦੀ ਹੈ ਮੁਲਖੇ ਚ ਇਸ ਬਿਲੇ ਇਦਾਰੇ 1.9% ਹੈ ਸਿਹਤ ਮੰਤਰੇ ਨੇ ਆਖਿਆ ਜੇ ਕੇਂਦਰ ਰਾਜ ਤੇ ਕਿੰਦ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਸੰਜੋਗ ਜਤਨੇ ਦੀ ਬਦੌਲਤ ਇਹ ممکن ਹੋ ਕਰਦਾ ਹੈ ਸਿਹਤ ਮੰਤਰਾਲੇ ਦੇ ਅਧਿਕਾਰੀ ਮਤਾਬਕ ਪਿਛਲੇ 24 ਘੰਟੇ ਦੇ ਦੌਰਾਨ ਮੁਲਕ ਪਰ 63479 ਲੋਕ ਕੋਵਿਡ-19 ਥਮਕ ਗ੍ਰਸਤ ਹੋਏ ਨੇ ਇਧਿਕਨ ਨੇ ਇਸ ਮਹਾਮਾਰੀ ਥਮਕ ਗ੍ਰਸ ਲੋਕਾਂ ਦੀ ਗਿਣਤੀ ਵਧੀ ਹੈ 579682 ਹੋਈ ਗਈ ਹੈ इ छह लाख सतर हजार चार सौ चरतालीकें इलाज चला कर दा है पिछले एक दिन च नौ सौ चरतालीकें की इस महामारी करी मौत भी है, अजें तकर इस महामारी करी मरने की कुल गिनरी बदिय नुंजा हजार नौ सौ अस्सी हो गई नोवेल कोरोना वायरस से कल जम्मू कश्मीर सव चार सौ नुंजा नये मामले सामने आए, इन चौ जमू खे हे त्रै सौ नुंजा कश्मीर घाटी थे इने मामले सामने आने मगरा जम्मू कश्मीर कोविड उन्नीस के कुल मामले की गिनतरी 28470 ਰੋਗੀਆਂ ਹੈ ਕੋਵਿਡ-19 ਕਰੀ ਕਸ਼ਮੀਰ ਖਿੱਤੇ ਚ 15 ਲੋਕਾਂ ਦੀ ਮੌਤ ਹੋਈ ਕੋਵਿਡ-19 ਦੇ 267 ਹੋਰ ਮਰੀਜ਼ਾਂ ਦੀ ਟੀਕੋਂ ਨੇਪਰੰਤ ਬਖ ਬਖ ਹਸਪਤਾਲ ਨੇ ਥਮਾ ਛੁੱਟੀ ਤੋਂ ਗਈ ਇੰਦੇ ਚ ਸਾਨੂੰ ਜੰਮੂ ਖਿੱਤੇ ਥਮਾ ਹੈ ਤੇ 170 ਕਸ਼ਮੀਰ ਖਿੱਤੇ ਥਮਾ ਨਵਲ ਕੋਰੋਨਾ ਵਾਇਰਸ ਬਾਰੇ ਜਾਰੀ ਮੀਡੀਆ ਬੁਲੇਟਿਨ ਮੁਤਾਬਕ ਕੁੱਲ 28470 ਮਾਮਲੇ ਚ 6985 ਸਕਰੀਏ ਮਾਮਲੇਨ 2943 ਠੀਕ ਹੋ ਚੁਕੇ ਰਹੇ ਨੇ ਤੇ ਕੋਵਿਡ-19 ਕਰੀ 542 ਲੋਕਾਂ ਦੀ ਅਜੇ ਤੱਕ ਮੌਤ ਹੋਈ ਹੈ। ਇੰਦਜ 43 ਜੰਮੂ ਖਿੱਤੇ თਮਾਹੇਤ 501 ਕਸ਼ਮੀਰ ਕਾ ਟਿਥਮਾ। ਲੈਫਟਨੈਂਟ ਗਵਰਨਰ ਮਨੋਜ ਸਿਨਾਉ ਨੇ ਉੱਤਰ ਪ੍ਰਦੇਸ਼ ਦੇ ਮੰਤਰੀ ਤੇ ਪੜਤ ਪਰਤ ਦੇ ਸਾਬਕਾ ਕ੍ਰਿਕਟ ਖਡਾਰੀ ਚੇਤਨ ਚੋਹਾਨੋਂ ਦਾ ਕਾਲ ਹੋਏ ਜਾਣੇ ਪਰ ਡੂੰਗਾ ਦੁੱਖ ਜ਼ਾਹਿਰ ਕੀਤਾ। ਇੱਕ ਬਿਆਨ ਵਿੱਚ ਲੈਫਟਨੈਂਟ ਗਵਰਨਰੋ ਨੇ ਆਖਿਆ ਜੇ ਚੇਤਨ ਚੋਹਾਨੋਂ ਦਾ ਕਾਲ ਦੀ ਖਬਰ ਸੁਣੀ ਹੈ ਉਹਨੇ ਕੀ ਬੜਾ ਮਤ ਦੁੱਖ ਹੋਇਆ ਹੈ। ਉਨੇ ਦਿਵੰਗਤ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹੋਏ ਸੋਗੀ ਪਰਿਵਾਰ ਦੇ ਪ੍ਰਤੀ ਆਪਣੀ ਹਮਦਰਦੀ ਵੀ ਜ਼ਾਹਿਰ ਕੀਤੀ ਲਵਨਨ ਗਵਰਨਰ ਨੇ ਆਖਿਆ ਜੇ ਚੋਹਾਨੂਨ ਦੀ ਮੌਤ ਇੱਕਨੇ ਕ੍ਰਿਕਟ ਤੇ ਸਿਆਸੀ ਜਗਤ ਦੀ ਬੜਾ ਵੱਡਾ ਨੁਕਸਾਨ ਹੋਇਆ ਚੇਤਨ ਚੋਹਾਨੂਨ ਦਾ ਕੋਵਿਡ-19 ਦਾ ਟੈਸਟ ਪੋਜ਼ਿਟਿਵ ਆਉਣੇ ਮਗਰਾਂ ਉਹਨੇ ਗੀ ਜੰਦੀ 12 ਜੁਲਾਈ ਦੀ ਲਖਨਊ ਦੇ ਸੰਜੇ ਗਾਂਧੀ ਪੀਜੀਆ ਹਸਪਤਾਲ 'ਚ ਪਰਤੀ ਕਰਵਾਇਆ ਗਿਆ ਹ ਜਿੱਥੇ ਕੱਲ ਉਹਨੇ ਆਪਣਾ ਖੀਰੀ ਸਾ ਲਤਾ ਤਤੰਬਰੇਂ ਦੇ ਚੋਹਾਨੂਨ ਉੱਤਰ ਪ੍ਰਦੇਸ਼ ਸਰਕਾਰ ਦੇ ਕੈਬਨਿਟ ਮੰਤਰੀ ਹੈ चौहान होन्नीस सौ अर्जुन अवार्ड कने नवाजे गया चौहान हो उन्नीस सौ कानवे उन्नीस सौ अठानवे च उत्तर प्रदेश अमरोहावा दो बारी लोकसभा भी चुने गए हे सांसद नजीर अहमद लाबे हो कल राजभवन श्रीनगर जाइए लेफ्टिनेंट गवर्नर मनोज सिन्हा हुन कलाटी कि सांसद लेफ्टिनेंट गवर्नर हुने जम्मू कश्मीर के पूरे परा विकास के अलावा आम लोगों के महत्व वाले कई मामले पर भी चर्चा कित् उन्होंने लेफ्टिनेंट गवर्नर अपने इलाके कन्ने संबंधित समाजी आर्थिक मामले बारे जानकारी दी लेफ्टिनेंट गवर्नर हो यकीन दुआया उन आस सबने मामले पर गौर कि जा उ उनका तौले शौले नबेड़ा किया जाय लेफ्टिनेंट गवर्नर होने गुजारिश आम लोगों दे कल्याण जुड़े दे अपने गी अगे भी बरबार जारी रखन किस दिने दी खामोशी मगर पाकिस्तानी बलें संघर्ष विराम की एक बार परतए खिलाफवर्जी करते हुए खिराजोरी जिले दे नौशरा सेक्टर अली कब्जा रेखा कने लगदे इलाके च गोलीबारी कित्ती बन्ने पराथमा पहले लोक्य हथियारन कने गोलीबारी कित्ती गई ते फिर मोटार दे गोले भी टागे गए एक गोलीबारी कल सन्या 7 बजे दे करीब कित्ती गई रक्षा जनसंपर्क कर अधिकारी कन्नत देवेंद्र आनंद मुताबिक जानकारी जानकारी देती है जो पाकिस्तानी बले बिज नुक्सावे दे गोलीबारी कर दियो पहले लोक्य हथियारन दा इस्तेमाल किता ਤੇ ਮਗਰਾ ਮੋਟਾਰ ਦੇ ਗੋਲੇ ਵੀ ਧਾਗੇ ਬੰਨੇ ਪਰ ਤੇਨਾਤ ਪਾਰਤੀ ਜਵਾਨ ਨੇ 20 ਗੋਲੀਬਾਰੀ ਦਾ ਬੰਨ ਕਦਾ ਪਰਤਾ ਦਿੱਤਾ ਇਸ ਗੋਲੀਬਾਰਿਚ ਕੁਸੇ ਚਾਲੀ ਦੇ ਜਾਨੀ ਆਪੀ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਇਹ ਖਬਰਾਂ ਤੁਸਾਕਾਸ਼ਵਨੀ ਜੰਮੂ ਪਰਾ ਸੁਣਾ ਕਰ ਦਿਓ ਤੇ ਉਨ ਬਾਕੀ ਦੀਆਂ ਖਬਰਾਂ ਕਨੇ ਵਿਜੇ ਬਜਾਜ ਤਰਉਂ ਦਿਲੰਦੀ ਸਾਲਾਨਾ ਕਲਾਸ਼ ਯਾਤਰਾ ਕਲੱਥਮ ਪਦਰਵਾਜ ਸ਼ੁਰੂ ਹੋਈ ਪਦਰਵਾਸਨ ਹੀ ਔਰ ਨੇ ਆਲੇ ਦਵਾਲੇ ਦੇ ਇਲਾਕੇ ਦੇ ਸ਼ਰਦਾ ਲੋ ਐਕਤੀਸ ਯਾਤਰਾ ਚ ਸਾਲਿਆ ਕਰ ਦਿਨ ਯਾਤਰਾ ਦਾ ਆਯੋਜਨ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਜਾਰੀ ਨਿਯਮੇ ਮੁਜਬਕ ਕੀਤਾ ਜਾ ਕਰਦਾ ਹੈ ਪਵਿੱਤਰ ਛੜੀ ਮੁਬਾਰਕ ਪਧਰਵਾਦੇ ਇਤਿਹਾਸਿਕ ਵਾਸੁਕੀ नाग ਮੰਦਰਤਮਾ ਕਲਾਸ਼ਕੁੰਡ ਲਈ ਰਵਾਨਾ ਹੋਈ ਰਾਤੀ ਨਾਲਤੀ ਚ ਰੁਕਨੇ ਮਗਰਾ ਯਾਤਰਾ ਅੱਜ ਪਵਿੱਤਰ ਕਲਾਸ਼ਕੁੰਡ ਪੂਜਕ ਜਿੱਥੇ ਸ਼ਰਧਾਲੂ ਕਲਾਸ਼ਕੁੰਡ ਦੇ ਪਵਿੱਤਰ ਜਲ ਚ ਇਸ਼ਨਾਨ ਕਰਨ ਸਭਿਆਤਾਰਕ ਅਨੁਸ਼ਟਾਨ ਪੂਰੇ ਕਰਨੇ ਮਗਰਾ ਅੱਜ ਚਿਰੇਂਜ ਨੇ ਯਾਤਰਾ ਪਧਰਵਾਲੇ ਆਪਣੀ ਵਾਪਸੀ ਸ਼ੁਰੂ ਕਰੀ ਦੇਗਾ ਜੰਮੂ ਕਸ਼ਮੀਰ ਸਰਕਾਰ ਨੇ ਕੋਵਿਡ-19 ਵਾਲੇ ਲਾਕਡਾਊਨ ਕਰੀ ਮੁਲਕ ਦੇ ਬਖਬਾ ਕਿ ਸਿੰਚ ਫਸੇ ਦੇ ਆਪਣੇ 317750 ਕੁੰਜੇ ਬਸਨੀਕਾਂ ਕੀ ਲਖਨਪੁਰ ਵਾਲੇ ਰਸਤੇ ਰਾਹੀਂ ਤੇ ਕੋਵਿਡ-19 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਵਾਪਸ ਆਣੀ ਹੈ ਇਸ ਦਰਾਂ ਸਭ ਨੇ ਦਿਸ਼ਾ ਨਿਰਦੇਸ਼ਾਂ ਤੇ ਮਾਨਕ ਸੰਚਾਲਨ ਸਰਬੰਧੀ ਪ੍ਰਕਿਰਿਆਵਾਂ ਦਾ ਪਾਲਨ ਕੀਤਾ ਗਿਆ ਹੈ ਆਕਾਸ਼ਵਾਣੀ ਦੇ ਜੰਮੂ ਸੰਵਾਦਦਾਤਾ ਦੀ ਰਿਪੋਰਟ ਮੁਜਬ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਜੰਮੂ ਤੇ ਉਦਮਪੁਰ ਰੇਲਵੇ ਸਟੇਸ਼ਨ ਤੇ ਪਰਪੁੱਜੀ ਦੀ 116 ਵਿਸ਼ੇਸ਼ ਰੇਲ ਗੱਡੀਆਂ ਦਰਾਂ 98141 ਯਾਤਰੀਆਂ ਦੀ ਵਾਪਸ ਆਣੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਨੇ ਲਖਨਪੁਰਾਲੇ ਰਸਤੇ ਰਾਹੀਂ 219610 ਲੋਕਾਂ ਦੀ ਵਾਪਸ ਆਨਿਆ ਇੰਦੇ ਚ ਬਾਹਰਲੇ ਮੁਲਕਾਂ ਤੋਂ ਆਨੇਗੇ ਦੇ 906 ਯਾਤਰੀ ਵੀ ਸ਼ਾਮਲ ਹਨ। ਕ੍ਰੇਲ ਲੁਡਵਾਰੀਆਂ ਦੇ ਸ਼ੁਰੂ ਹੋਣੇ ਦੇ ਕੱਲ 84 ਮਿਤੀਆਂ ਦੇ 22 ਕ੍ਰੇਲ ਲੁਡਵਾਰੀਆਂ ਦਰਾਂ 2798 ਯਾਤਰੀ ਜੰਮੂ ਤੇ ਸ਼ਰਨਗਰ ਵਾਈ ਅੱਡੇ ਪਰ ਪੁੱਜੇ। ਕ੍ਰੇਲ ਲੁਡਵਾਰੀਆਂ ਕੇਂਦਰ ਸ਼ਾਸਿਤ ਪ੍ਰਦੇਸ਼ ਚ 5 ਮਈ ਕੀ ਸ਼ੁਰੂ ਹੋਈ ਗਈਆਂ ਹੀਆਂ। आकाशवाणी दा जम्मू संबत दात रिपोर्ट मुजब 10 क्रेलुडवारियां दे क्रेलु राएं 892 यात्री जम्मूवाए अड्डे पर पूजे जिसले के 12 क्रेलुडवारियां दे राएं 1906 यत्रुष्ठ नगरवाए अड्डे पर पूजे क्रेलुडवारियां दे शुरू होने मघरा कल्लात अगर जम्मूवाए अड्डे पर 673 डवारियां दे राएं 53044 यात्री जिसले के 1072 डवारियां दे राएं 140574 यात्री श्रीनगरवाए अड्डे पर पूजी चुके दिन ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਵਿਸ਼ੇਸ਼ ਦੁਆਰੀਆਂ ਦਰਾਂ 3676 ਯਾਤਰੀਆਂ ਦੀ ਵਾਪਸ ਆਣੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਇਸ ਮਹੀਨੇ ਦੀ 3 ਤਰੀਕ ਨੂੰ ਆਕਾਸ਼ਵਾਣੀ ਦੇ ਆਪਣੇ ਮਨ ਕੀ ਬਾਤ ਕਾਰਜਕ੍ਰਮ ਰਾਹੀਂ ਦੇਸ਼ ਵਿਦੇਸ਼ ਚ ਰਹਿਣ ਵਾਲੇ ਲੋਕਾਂ ਕਰਨੇ ਵਿਚਾਰ ਸਾਂਝੇ ਕਰਨਗੇ ਇਸ ਮਹਾਵਾਰ ਰੇਡੀਓ ਕਾਰਜਕ੍ਰਮ ਦੀ 68ਵੀਂ ਕਿਸ਼ਤ ਹੋਗ ਪ੍ਰਧਾਨ ਮੰਤਰੀ ਮੋਦੀ ਹੋਰ ਇਹ ਲੋਕਾਂ ਦੀ ਅਪੀਲ ਕੀਤੀ ਹੈ ਜਿਉ ਮਨ ਕੀ ਬਾਤ ਲਈ ਆਪਣੇ ਵਿਚਾਰ ਸਾਂਝੇ ਕਰਨ ਲੋਕ ਆਪਣੇ ਵਿਚਾਰ ਤੇ ਸੁਝਾ ਨਮੂ ਐਪ ਜਾਂ ਮਾਈ ਗੋਵਰ ਉਪਰ ਬਣਾਏ ਗਏ ਦੇ ਵਿਸ਼ੇਸ਼ ਓਪਨ ਫੋਰਮ ਪਰ ਸਾਂਝੇ ਕਰੀ ਸਕਦੇ ਨੇ। ਇਸ ਦੇ ਇਲਾਵਾ ਲੋਕ ਟੋਲ ਫਰੀ ਨੰਬਰ 1800117800 ਉਪਰ ਫੋਨ ਕਰਕੇ ਵੀ ਪ੍ਰਧਾਨ ਮੰਤਰੀਆਂ ਦੇ ਲਈ ਆਪਣੇ ਸੰਦੇਸ਼ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਚ ਰਿਕਾਰਡ ਕਰਵਾ ਸਕਦੇ ਨੇ। ਲੋਕ 1922 ਨੰਬਰਾਂ ਪਰ ਮਿਸ ਕਾਲ ਕਰੀਏ ਤੇ ਮਗਰਾਂ SMS ਰਾਈਤ ਹੋਏ ਦੇ ਲਿੰਕ ਪਰ ਜਾਈਏ ਵੀ ਪ੍ਰਧਾਨ ਮੰਤਰੀ ਉਰੰਗੀ ਆਪਣੇ ਸੁਝਾ ਦੇ ਸਕਦੇ ਨੇ। ਪਾਕਿਸਤਾਨ ਦੇ ਸਿੰਧੀ ਸਮੁਦਾਇ ਦੇ ਸਦੱਸੇ ਪਾਕਿਸਤਾਨ ਚ ਤਾਕਤ ਤੇ ਦਮ ਉਪਰ ਗਵਾ ਕੀਤੇ ਗਏ ਦੇ ਲੋਕਾਂ ਦੇ ਪਰਿਵਾਰਾਂ ਕਨੇ ਇੱਕ ਜੁੜਤਾ ਜ਼ਾਰ ਕਰਦੀ ਹੋਈ ਕੱਲ ਵਾਸ਼ਿੰਗਟਨ ਚ ਪਾਕਿਸਤਾਨੀ ਰਾਜਦੂਤ ਦੇ ਘਰ ਆਬਾਰ ਵਿਰੋਧ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਕਰ ਰਹੇ ਲੋਕਾਂ ਪਾਕਿਸਤਾਨ ਚ ਵਰਦੀ ਨੇ ਜ਼ਾਤੀਆਂ ਗੀ ਤੌਲੇ ਸ਼ਾ ਤੌਲੇ ਖਤਮ ਕਰਨ ਦੀ ਮੰਗ ਕੀਤੀ ਇਸ ਮੌਕੇ ਉਹਨੇ ਤਾਕਤ ਦੇ ਦਮ ਉਪਰ ਅਗਵਾ ਕੀਤੇ ਗਏ ਦੇ ਲੋਕਾਂ ਦੀਆਂ ਫੋਟੋਆਂ ਵਾਲੀਆਂ ਤਖਤੀਆਂ ਵੀ ਆਪਣੇ ਹੱਥਾਂ ਚ ਫਗੜੀ ਦੀਆਂ ਹੀਆਂ ਸਿੰਧੀ ਬਲੋਚ ਤੇ ਪਖਤੂਨ ਲੀਡਰਾਂ ਸਨ ਗਿਲਗਿਤ ਬਲਤੀਸਤਾਨ 'ਤਮ ਲੋਕਾਂ ਕੀ ਵਿਰੋਧ ਪ੍ਰਦਰਸ਼ਨ ਚ ਸਲਾਤਾ ਉਹਨੇ ਮੰਗ ਕੀਤੀ ਜੇ ਪਾਕਿਸਤਾਨ ਚ ਅਗਵਾ ਕਰੀਏ ਜ਼ਬਰਨ ਕੈਂਚ ਰੱਖੇਗੇ ਦੇ ਲੋਕਾਂ ਖਾਸ ਕਰੀਏ ਵਿਦਵਾਨ ਸਾਰੰਗ ਜੋਯੋ ਰੰਗੀ ਫੌਰੀ ਤੌਰ ਪਰ ਰਿਆ ਕੀਤਾ ਜਾ ਜਿਨੇ ਕੀ ਜੰਦੇ ਮੰਗਲਵਾਰੇ ਕਰਾਚੀ ਚ ਉंदे ਘਰ ਹਤਮਾ ਗਿਆ ਅਗਵਾ ਕਰ ਲਿਆਤਾ ਗਿਆ ਕਸ਼ਤਵਾਰ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਰਜਿੰਦਰ ਸਿੰਘ ਤਾਰਾ ਰੇ ਕੁਲੀਦ 'ਤਮਾ ਉਲਰਤਾ ਕਰਦੇ ਛਿੜਕਾ ਦੇ 6 ਕਿਲੋਮੀਟਰ ਲੰਮੇ ਹਿੱਸੇ ਪਰ ਕੱਲ ਲੁੱਕ ਪਾਉਣੇ ਦਾ ਕੰਮ ਸ਼ੁਰੂ ਕਰਵਾਇਆ ਇਸ ਸੜਕ ਪ੍ਰੋਜੈਕਟ ਉਪਰ 5 ਕਰੋੜ 37 ਲੱਖ ਰੁਪਏ ਦੀ ਲਾਗਤ ਆਊਗਾ। ਇਸ ਸੜਕ ਦਾ ਕੰਮ ਨਵੰਬਰ 2018 ਚ ਸ਼ੁਰੂ ਕੀਤਾ ਗਿਆ ਹ ਤੇ ਇਸ ਬਾਰੇ ਦਸੰਬਰ ਤੱਕ ਅਰ ਲਿਆਜ਼ ਕਰਨੇ ਇਸੇ ਪੂਰਾ ਕਰ ਲੈਣ ਦਾ ਨਿਸ਼ਾਨਾ ਮਿਥਿਆ ਗਿਆ ਹੈ। ਅਖੀਰ ਖਾਸ ਖਾਸ ਖਬਰਾਂ ਇੱਕ ਵਾਰੀ ਪੜਤੀ ਹੈ ਸਰਕਾਰ ਨੇ ਗਾਂਦਰਬਲ ਤੇ ਉਧੰਪੁਰ ਜ਼ਿਲ੍ਹੇ ਚ 4G ਮੋਬਾਈਲ ਇੰਟਰਨੈਟ ਸੇਵਾ ਬਾਲ ਕੱਢ ਦਿੱਤੀ। ਮੁਲਕੇ ਚ ਕੋਵਿਡ-19 ਥਮਾ ਠੀਕ ਹੋਣੇ ਵਾਲੇ ਦੀ ਦਰ 78.6% ਅਗਰ ਪੁੱਜੀ ਗਈ ਅਜੇ ਤੱਕ 18 ਲੱਖ ਸ਼ਮਤ ਲੋਕ ਇਸ ਮਹਾਂਮਾਰੀ ਥਮਾ ਠੀਕ ਹੋਏਗੇ ਦਿਨ। ਲੈਫਟਨੈਂਟ ਗਵਰਨਰ ਮਨੋਜ ਸਿਨਾਉ ਨੇ ਉੱਤਰ ਪ੍ਰਦੇਸ਼ ਦੇ ਮੰਤਰੀ ਤੇ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਚੇਤਨ ਚੋਹਾਨ ਨੂੰ ਦੀ ਮੌਤ ਪਰ ਡੂੰਗਾ ਦੁੱਖ ਜ਼ਾਹਿਰ ਕੀਤਾ ਤੇ ਤਰਾਉ ਦਿਨੇ ਦੀ ਸਾਲਾਨਾ ਕੈਲਾਸ਼ ਯਾਤਰਾ ਕੱਲੇ ਥਮ ਪਦਰਵਾਜੇ ਸ਼ੁਰੂ ਯਾਤਰਾ ਦਾ ਆਯੋਜਨ ਕੋਵਿਡ-19 ਦੇ ਮੱਦੇਨਜ਼ਰ ਜਾਰੀ ਨਿਯਮ ਮੁਤਾਬਕ ਕੀਤਾ ਜਾ ਕਰਦਾ ਹੈ ਇਹਦੇ ਕੰਨੇ ਕੇ ਖਬਰਾਂ ਦਾ ਬੁਲੇਟਿਨ ਸਮਾਪਤ ਹੋਆ